ਤੁਸੀਂ ਦੇਖ ਰਹੇ ਹੋ ਨਿਊਜ਼ ਪੰਜਾਬ ਦੀ ਅਤੇ ਮੈਂ ਤੁਹਾਡੇ ਨਾਲ ਪ੍ਰੀਤਾ ਬਰਾੜ ਬਾਰੇ ਵਾਲਾ ਦੋਸਤੋ ਅਸੀਂ ਖੜ੍ਹੇ ਹਾਂ ਜ਼ਿਲ੍ਹਾ ਮੋਗਾ ਦੇ ਪਿੰਡ ਪੱਤੋ ਹੀਰਾ ਸਿੰਘ ਵਿਖੇ ਅਸੀਂ ਅੱਜ ਉਸ ਦੁਕਾਨ ਦੇ ਸਾਹਮਣੇ ਖੜ੍ਹੇ ਹਾਂ ਜੋ ਕਿ ਧਾਮੀ ਇਲੈਕਟ੍ਰਿਕ ਵਰਕ ਹੈ ਜਿਸ ਦੇ ਵਿੱਚ ਕੱਲ੍ਹ ਦੇਰ ਰਾਤ ਚੋਰਾਂ ਵੱਲੋਂ ਇੱਕ ਬਹੁਤ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਜਿਸ ਦੇ ਵਿੱਚ ਉਸ ਮਕਾਨ ਮਾਲਕ ਦਾ ਜੋ ਕਿ ਨੁਕਸਾਨ ਹੈ ਉਸਦੇ ਦੱਸਣ ਮੁਤਾਬਕ 2-3.5 ਲੱਖ ਦੇ ਦਰਮਿਆਨ ਉਹਦਾ ਨੁਕਸਾਨ ਹੋਇਆ। ਆਓ ਪੂਰੀ ਗੱਲ ਉਸ ਮਕਾਨ ਮਾਲਕ ਨਾਲ ਵੀ ਕਰ ਲੈਂਦੇ ਹਾਂ ਅਤੇ ਨਾਲ ਤੁਹਾਨੂੰ ਦਿਖਾਉਂਦੇ ਹਾਂ ਦੁਕਾਨ ਦੀ ਜੋ ਚੀਜ਼ਾਂ ਤੋੜ ਗਈਆਂ ਉਹਦੇ 'ਤੇ ਵੀ ਇੱਕ ਨਿਗਾਹ ਮਰਾਉਂਦੇ ਹਾਂ, ਨਾਲ ਕਿਹੜੀ ਕਿਹੜੀ ਚੀਜ਼ ਚੱਕੀ ਗਈ ਹੈ ਉਸ ਮਕਾਨ ਮਾਲਕ ਤੋਂ ਉਸਦੇ ਜਵਾਨੀ ਸੁਣਦੇ ਹਾਂ। ਹਾਂਜੀ ਬਾਈ ਜੀ, ਪਹਿਲਾਂ ਸਵਾਗਤ ਹੈ ਜੀ ਆਪਣਾ। ਬਾਈ ਜੀ, ਜੋ ਤੁਹਾਡੀ ਦੁਕਾਨ 'ਤੇ ਰਾਤ ਤੁਹਾਡੇ ਦੱਸਣ ਮੁਤਾਬਕ ਜੋ ਆਫ ਕੈਮਰਾ ਗੱਲ ਕੀਤੀ ਹੈ ਚੋਰੀ ਹੋਈ ਹੈ ਉਹਦੇ ਬਾਰੇ ਜਾਣਕਾਰੀ? ਭਾਅ ਜੀ, ਮੇਰਾ ਤਾਂ ਸੁਬਹਾ ਦੇ ਟਾਈਮ ਜਦੋਂ 6 ਵਜੇ ਆਇਆ ਦੁਕਾਨ 'ਤੇ, ਆ ਕੇ ਦੇਖਿਆ ਸਾਡੇ ਉੱਤੇ ਖੁੱਲ੍ਹੇ ਪਏ, ਆਪਣੇ ਸਾਰਾ ਚੈੱਕ ਕੀਤਾ ਸਮਾਨ, 3-4 ਤਾਂ ਬਿਤੀਆਂ ਮੋਟਰਾਂ ਸੀ ਲੋਕਾਂ ਨੂੰ ਬੰਨ੍ਹ ਕੇ ਰੱਖੀਆਂ ਸੀ, ਉਹ ਚੈੱਕ ਨਹੀਂ। ਬਾਕੀ ਕਾਫੀ ਮੇਰਾ ਕਾਪਰ ਦਾ ਸਮਾਨ ਸੀ, ਇਨਵਰਟਰ ਬੈਟਰਾ ਸੀ, ਮੇਰਾ ਯੂਜ ਕਰਨ ਵਾਲੇ ਟੂਲ ਜੋ ਟ੍ਰੈਨ ਦਾ ਕੱਟਰ ਗਰੈਂਡਰ ਵਗੈਰਾ ਉਹ ਸਭ ਕੁਛ ਚੋਰ ਲੈ ਗਏ, ਤਾਂ ਕੁਛ ਨਹੀਂ ਛੱਡਿਆ ਦੁਕਾਨ 'ਤੇ। ਜੇ ਬਾਈ ਜੀ ਮੈਂ ਗੱਲ ਕਰਾਂ ਵੀ ਜੋ ਤੁਸੀਂ ਸਮਾਨ ਬਣਾਇਆ ਇਹ ਕਿੰਨੇ ਕੁ ਰੁਪਈਆਂ ਦਾ ਨੁਕਸਾਨ? ਤਕਰੀਬਨ ਸਣੇ ਕਾਪਰ ਕੁੱਪਰ ਪਾ ਕੇ 3.5-4 ਲੱਖ ਦੀ ਰੇਂਜ ਦਾ ਸਮਾਨ ਹੋਊ ਜਿਹੜਾ ਸਿੱਖਿਆ। ਅਤੇ ਇਹ ਕਿੰਨਾ ਸਮਾਂ ਹੋਊਗਾ ਜਦੋਂ ਚੋਰੀ ਹੋਈ? ਤਕਰੀਬਨ 1 ਤੋਂ ਲੈ ਕੇ ਸੁਬਹਾ ਦੇ 4 ਵਜੇ ਤੱਕ ਦੇ ਚੱਕਿਆ ਗਿਆ। ਅਤੇ ਜਦੋਂ ਤੁਹਾਨੂੰ ਪਤਾ ਲੱਗਿਆ ਤੁਸੀਂ ਦੱਸਿਆ ਤੁਸੀਂ ਸੁਬਹਾ ਦੇਖਿਆ, ਕੀ ਤੁਸੀਂ ਉਸ ਤੋਂ ਬਾਅਦ ਕੋਈ ਜੋ CCTV ਕੈਮਰੇ ਲੱਗੇ ਹੋਏ ਆ ਜੋ ਸੜਕ 'ਤੇ ਲੱਗੇ ਆ ਜਾਂ ਕਿਸੇ ਦੇ ਘਰੇ ਲੱਗੇ ਆ ਉਹ ਦੋਨੇ? ਹਾਂ ਜੀ, ਦੇਖੇ ਆ, ਬਾਕੀ ਸਭ ਦੇ ਆਪੋ ਆਪਣੇ ਡਾਊਨ ਕਰਕੇ ਲਾਏ ਹੋਏ ਆ ਸਾਧਨਾਂ 'ਤੇ, ਕੋਈ ਰੋਡ ਦੇ ਉੱਤੇ ਕੋਈ ਉਹ ਜਿਹਾ ਕੈਮਰਾ ਹੈ ਨਹੀਂ ਜਿਹਨੂੰ ਤੁਹਾਨੂੰ ਪਤਾ ਲੱਗ ਗਿਆ। ਜੋ ਤੁਹਾਡੀ ਚੋਰੀ ਹੋਈ ਜਦੋਂ ਦੇਖਿਆ ਤੁਹਾਡਾ ਨੁਕਸਾਨ ਹੋਇਆ ਉਸ ਤੋਂ ਬਾਅਦ ਕੀ ਤੁਸੀਂ ਕੋਈ ਦਰਖਾਸਤ ਜਾਂ ਕੋਈ ਦੇਖਿਆ? ਹਾਂ ਜੀ, ਦੇਖਿਆ ਅਸੀਂ ਆਪਣੇ ਟਾਊਨ 'ਚ, ਬਾਕੀ ਮੌਕੇ 'ਤੇ ਆਪ ਅਫਸਰ ਸਾਹਿਬ ਬਣਾਏ ਆ, ਦੇਖ ਕੇ ਗਏ ਮੌਕੇ ਦੇ ਬਾਅਦ ਉਹ ਕਹਿੰਦੇ ਬਾਕੀ ਜੋ ਕਾਰਵਾਈ ਕਰਾਂਗੇ। ਕੀ ਤੁਸੀਂ ਜਦੋਂ ਦਰਖਾਸਤ ਦਿੱਤੀ ਉਸ ਬਾਅਦ ਤੁਰੰਤ ਕਾਰਵਾਈ ਹੋਈ? ਹਾਂ ਨਹੀਂ, ਵੈਸੇ ਆਏ ਕਾਫੀ ਟਾਈਮ ਬਾਅਦ ਆਏ ਜ਼ਰੂਰ, ਜਣੀ ਕਾਰਵਾਈ ਉਹਨਾਂ ਨੇ ਕੀਤੀ ਆ, ਸਾਰੇ ਇੱਥੇ ਕੈਮਰੇ ਕੁਮਰੇ ਦੇਖੇ ਉਹਨਾਂ ਨੇ ਦੇਖ ਕੇ, ਫਿਰ ਉਹ ਕਹਿੰਦੇ ਕੋਈ ਗੱਲ ਨਹੀਂ ਜੀ ਅਸੀਂ ਜੋ ਕੁਛ ਹੋਇਆ ਕਰਾਂਗੇ ਜੀ ਦੇਖਾਂਗੇ। ਹੋਰ ਤੁਸੀਂ ਮੰਨ ਲਓ ਤੁਹਾਡਾ ਜਿਹੜਾ ਨੁਕਸਾਨ ਹੋਇਆ ਤੁਸੀਂ ਸਰਕਾਰ ਤੋਂ ਕੋਈ ਮੰਗ ਕਰਦੇ? ਹਾਂ, ਸਰਕਾਰ ਨੂੰ ਤਾਂ ਇਹੀ ਕਹਿਣਾ ਚਾਹੁੰਦੀ ਹਾਂ ਜਦੋਂ ਮੇਰਾ ਨੁਕਸਾਨ ਹੋਇਆ ਜੋ ਮੈਂ ਲੋਕਾਂ ਦਾ ਹੈ ਦੇਣਾ ਕਰਨਾ ਹੈ ਬਸ ਉਹ ਮੈਨੂੰ ਮੁਆਵਜ਼ਾ ਦਿੱਤਾ ਜਾਵੇ। ਤੁਸੀਂ ਦੇਖ ਰਹੇ ਹਾਂ ਦੋਸਤੋ ਆਹ ਦੁਕਾਨ ਦਾ ਕੈਮਰਾਮੈਨ ਨੂੰ ਇੱਕ ਵਾਰ ਫਿਰ ਦੁਕਾਨ ਦਿਖਾ ਦਿੱਤੀ ਜਾਵੇ ਜਿੱਥੇ ਕਿ ਚੋਰਾਂ ਨੇ ਦੇਰ ਰਾਤ ਵਾਰਦਾਤ ਨੂੰ ਅੰਜਾਮ ਦਿੱਤਾ। ਬਾਈ ਦੇ ਦੱਸਣ ਦੇ ਮੁਤਾਬਕ 3-4 ਲੱਖ ਦੇ ਦਰਮਿਆਨ ਉਹਨਾਂ ਦਾ ਨੁਕਸਾਨ ਹੋਇਆ। ਤੁਸੀਂ ਦੇਖ ਰਹੇ ਹਾਂ ਇੱਥੇ ਪਾਸੇ ਮੈਂ ਕੈਮਰਾਮੈਨ ਨੂੰ ਕੈਮਰਾ ਮਾਰਿਆ ਜਾਵੇ ਕਿ ਬਾਈ ਦੇ ਨਾਲ ਜੋ ਪਿੰਡ ਦੇ ਪਦਵੰਤੇ ਆ ਜਾਂ ਯਾਰ ਮਿੱਤਰ ਆ ਉਹ ਵੀ ਅਫਸੋਸ ਕਰਨ ਵਾਸਤੇ ਆਏ ਆ, ਕਿਉਂਕਿ ਇੱਕ ਬਹੁਤ ਹੀ ਗਰੀਬ ਪਰਿਵਾਰ ਹੈ ਜੋ ਕਿ ਇੱਕ ਰੋਜ਼ੀ ਰੋਟੀ ਚਾਹੇ ਮੋਟਰਾਂ ਦਾ ਕੰਮ ਕਰਦਾ ਜਾਂ ਪੱਖਿਆਂ ਦਾ ਕੰਮ ਕਰਦਾ, ਜੇ ਆਪਾਂ ਕਹਿ ਲਈਏ ਇਲੈਕਟ੍ਰਿਕ ਵਰਕ ਸਕੋਲੀ ਹੋਈ ਹੈ, ਪਰ ਐਡਾ ਨੁਕਸਾਨ ਹੋ ਗਿਆ ਇਹ ਇੱਕ ਬਹੁਤ ਭਾਰੀ ਨੁਕਸਾਨ ਹੈ। ਕੋਸ਼ਿਸ਼ ਕਰਾਂਗੇ, ਬਾਈ ਨੇ ਦੱਸਿਆ ਵੀ ਜੋ ਉਹਨਾਂ ਨੇ ਦਰਖਾਸਤ ਵੀ ਦਿੱਤੀ ਹੈ, ਕੋਸ਼ਿਸ਼ ਕਰਾਂਗੇ ਜੇਕਰ ਕੋਈ ਪੁਲਿਸ ਦਾ ਉੱਚ ਅਫਸਰ ਮਿਲਦਾ ਤਾਂ ਉਹਨਾਂ ਨਾਲ ਦਾ ਪੱਖ ਲੈਣ ਦੀ ਵੀ ਕੋਸ਼ਿਸ਼ ਕਰਾਂਗੇ ਕਿ ਅੱਗੇ ਉਹ ਕਿਹੜੀ ਕਾਰਵਾਈ ਕਰਦੇ ਹੈ। ਫਿਲਹਾਲ ਤੁਸੀਂ ਦੇਖਿਆ ਵੀ ਬਹੁਤ ਹੀ ਵੱਡਾ ਨੁਕਸਾਨ ਹੋਇਆ ਅਤੇ ਅਸੀਂ ਸਰਕਾਰ ਤੋਂ ਵੀ ਇਹ ਆਸ ਕਰਦੇ ਹਾਂ ਕਿ ਇਹਨਾਂ ਨੂੰ ਬਣਦਾ ਮੁਆਵਜ਼ਾ ਜ਼ਰੂਰ ਦਿੱਤਾ ਜਾਊਗਾ। ਪੱਤੋ ਹੀਰਾ ਸਿੰਘ ਪਿੰਡ ਤੋਂ ਕੀਤਾ ਬਾਰੇ ਵਾਲਾ ਦੇ ਨਾਲ ਨਿਊਜ਼ ਪੰਜਾਬ ਦੀ ਮੀਡੀਆ ਪੱਤੋ ਹੀਰਾ ਸਿੰਘ।